ਨਹੀਂ ਐਂ ਵੀ ਹੋ ਜਾਂਦਾ ਹੁੰਦਾ ਕਿਸੇ ਦੂਜੇ ਪਿੰਡ ਕੰਮ ਕਰਦੇ ਹੋ, ਦੂਜੇ ਪਿੰਡ ਹਾਜ਼ਰੀ ਲਾਉਣੀ ਪੈਂਦੀ ਹੈ। ਹਾਂ ਬਈ ਸਾਡੀ ਹਾਜ਼ਰੀ ਉੱਥੇ ਲੱਗਣੀ ਚਾਹੀਦੀ ਜਿੱਥੇ ਸਾਡਾ ਕੰਮ ਉਹ ਫਿਰ ਜਿਹੜਾ ਤੇ ਸ਼ਬਦ ਸੁਣੋਂਡੀ ਵੀ ਪੈਰਾਂ ਦੇ ਉੱਤੋਂ ਦੀ ਲੰਘਦੀ ਆ, ਹੱਥਾਂ ਪੈਰਾਂ ਦੇ ਉੱਤੋਂ ਦੀ ਲੰਘਦੀ ਆ। ਜੀਵ ਜੰਤੂ ਹੋਣਗੇ ਵਿੱਚ ਇਹਦੇ ਤੇ? ਹਾਂਜੀ ਹੈਗੇ ਨੇ। ਇੱਕ ਤਾਂ ਹਾਜ਼ਰੀ ਵਾਲਾ ਕੰਮ ਹੋ ਜੇ, ਇੱਕ ਸਿਹਤ ਸਹੂਲਤਾਂ ਦਾ, ਇੱਕ ਥੋੜਾ ਜਿਹਾ ਦਿਹਾੜੀ ਚ ਵਾਧਾ ਹੋ ਜੇ। ਹਾਂ ਫਿਰ ਕੋਈ ਮਰਜ਼ੀ ਪਾਰਟੀ ਜਿਹੜੀ ਕੰਮ ਕਰੂ ਉਹਨੂੰ ਵੋਟ ਪਾ ਦਿਓ। ਵੀਡੀਓ ਸ਼ੇਅਰ ਕਰਕੇ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਮਜ਼ਦੂਰਾਂ ਦੀ ਗੱਲ ਆ, ਨਰੇਗਾ ਮਾਈਆਂ ਭੈਣਾਂ ਦੀ ਗੱਲ ਆ, ਕਿਉਂਕਿ ਮੇਰੇ ਪਿੰਡ ਦੇ ਨੇ, ਇਕੱਲੇ ਮੇਰੇ ਪਿੰਡ ਦੀ ਗੱਲ ਨਹੀਂ ਪੂਰੇ ਪੰਜਾਬ ਦੀ ਗੱਲ ਆ। ਸਤਿ ਸ਼੍ਰੀ ਅਕਾਲ ਸਾਰੀਆਂ ਮਾਤਾ ਨੂੰ ਜੀ। ਕਿੱਥੇ ਚੱਲਦਾ ਜੀ ਕੰਮ ਆ ਤਾਂ ਇਹ ਨਰੇਗਾ ਦਾ? ਸਾਡਾ ਡਰੇਨ ਉੱਪਰ ਚੱਲ ਰਿਹਾ ਜੀ। ਠੀਕ ਹੈ। ਇੱਕ ਨਾ ਹੁਣ ਦਿੱਕਤ ਆ ਗਈ ਸਾਰਿਆਂ ਨੂੰ, ਵੱਡੀ ਮਾਤਾ ਮੈਂ ਦੇਖਦਾ ਨਾ ਕਿਵੇਂ ਉਹ ਕੀ ਦਿੱਕਤ ਆ ਮੇਨ? ਉਹ ਸਾਨੂੰ ਦਿੱਕਤ ਹੈਗੀ ਹੈ ਜੀ। ਹਾਂ ਕਿਵੇਂ? ਸਾਨੂੰ ਦਿੱਕਤ ਹੈ ਉਹ ਜਿੱਥੇ ਨਾ ਜੀਟੈਕ ਹੁੰਦੀ ਹੈ, ਕਿਤੇ ਵੀ ਕੰਮ ਚਾਹੇ ਪੰਚਾਇਤੀ ਹੋਵੇ, ਚਾਹੇ ਡਰੇਨ ਮਹਿਕਮੇ ਦਾ ਹੋਵੇ, ਚਾਹੇ ਨਹਿਰ ਦਾ ਹੋਵੇ, ਜਿੱਥੇ ਵੀ ਕੰਮ ਹੋਵੇ, ਹਾਂਜੀ ਹਾਂਜੀ, ਸਾਨੂੰ ਇੰਨੀ ਦਿੱਕਤ ਹੈ ਇਸ ਹਾਜ਼ਰੀ ਦੀ ਵੀ ਸਾਨੂੰ ਉਸ ਜਗ੍ਹਾ 'ਤੇ ਜਾ ਕੇ ਹਾਜ਼ਰੀ ਲਵਾਉਣੀ ਪੈਂਦੀ ਹੈ। ਅਸੀਂ ਮਜ਼ਦੂਰ ਹੈ, ਸਾਰਾ ਸਾਡਾ 300 ਰੁਪਇਆ ਦਿਹਾੜੀ ਦਾ, ਜਿਹਦੇ ਵਿੱਚੋਂ ਸਾਨੂੰ ਕਿਰਾਇਆ ਦੇ ਕੇ ਵੀ ਜਾਣਾ ਪੈਂਦਾ। ਜੇ ਅਸੀਂ ਇੱਥੋਂ ਜਾਂਦੇ ਹਾਂ 2 ਕਿਲੋਮੀਟਰ ਤੁਰ ਕੇ ਜਾਂਦੇ ਹਾਂ ਜਾਣਾ ਪੈਂਦਾ, ਤਾਂ ਸਾਨੂੰ ਬਹੁਤ ਵੱਡੀ ਦਿੱਕਤ ਆ ਰਹੀ ਹੈ ਇਹਦੇ ਵਿੱਚ। ਸਾਡੇ ਵਿੱਚ ਹੁਣ ਵਿੱਚ ਇੰਨੀਆਂ ਜਿਹੀਆਂ ਮਜ਼ਦੂਰ ਭੈਣਾਂ ਨੇ, ਬਾਈ ਨੇ, ਜਿਨ੍ਹਾਂ ਦੇ ਗੋਡੇ ਦੁਖਦੇ ਨੇ, ਜਿਨ੍ਹਾਂ ਤੋਂ ਚੱਲ ਨਹੀਂ ਹੁੰਦਾ, ਵੀ ਸਾਡੀ ਇੱਕ ਬੇਨਤੀ ਹੈ ਸਰਕਾਰਾਂ ਨੂੰ, ਅਸੀਂ ਪਹਿਲਾਂ ਲੰਮੇ ਸਮੇਂ ਤੋਂ ਵੀ ਕਹਿ ਰਹੇ ਹਾਂ ਵੀ ਇਹ ਜਿਹੜੀ ਹਾਜ਼ਰੀ ਹੈ, ਜਿਵੇਂ ਪਹਿਲਾਂ ਜਿਹੜਾ ਐਪ ਸੀ ਪਹਿਲਾਂ ਲੱਗਦੀ ਸੀ, ਪਹਿਲਾਂ ਇੱਕ ਥਾਂ ਤੇ ਹਾਜ਼ਰੀ ਲੱਗਦੀ ਸੀ, ਮਤਲਬ ਉਰੇ ਕੰਮ ਚੱਲੀ ਜਾਂਦਾ ਆਪਣਾ ਨਾਲੇ ਤੇ ਉਰੇ। ਹਾਂ ਪਹਿਲਾਂ ਜਿੱਥੇ ਵੀ ਕੰਮ ਚੱਲਦਾ ਸੀ ਉੱਥੇ ਐਪ ਖੁੱਲ ਜਾਂਦੀ ਸੀ, ਹਾਜ਼ਰੀ ਉੱਥੇ ਲੱਗ ਜਾਂਦੀ ਸੀ, ਸਾਨੂੰ ਕੋਈ ਦਿੱਕਤ ਨਹੀਂ ਸੀ ਉਸ ਗੱਲ ਦੀ। ਤੇ ਜਿੱਥੇ ਅਸੀਂ ਕੰਮ ਕਰਦੇ ਹਾਂ ਉਹ ਕੰਮ ਦੇ ਵਿੱਚ ਵੀ ਘੱਟ ਹੈ ਜੀ, ਕਹਿ ਸਕਦੇ ਚਾਹੇ ਜਿਹੜੇ ਵੀ ਮਹਿਕਮੇ ਦਾ ਅਸੀਂ ਕੰਮ ਕਰਦੇ ਹਾਂ, ਮਹਿਕਮੇ ਨੂੰ ਵੀ ਅਸੀਂ 2-3 ਘੰਟੇ ਉਹਨਾਂ ਦੇ ਖਰਾਬ ਹੋ ਜਾਂਦੇ ਨੇ ਇਹਦੇ ਵਿੱਚ ਸਾਨੂੰ ਆਉਣ ਜਾਣ ਦੀ ਦਿੱਕਤ ਦੇ ਵਿੱਚ। ਅਸੀਂ ਕਹਿੰਦੇ ਵੀ ਜਿਵੇਂ ਐਪ ਪਹਿਲਾਂ ਚੱਲ ਰਹੀ ਸੀ ਉਸ ਹਿਸਾਬ ਨਾਲ ਐਪ ਚੱਲੇ। ਕਨਾਮਾਂ ਦਾ ਜਿਵੇਂ ਹੁਣ ਤੁਸੀਂ ਕੰਮ ਕਰਦੇ ਹੋ ਰਹੇ ਹਨਾ, ਮੈਂ ਦੇਖਦਾ ਇੱਕ ਤਾਂ ਜਿਵੇਂ ਊਂ ਸਾਫ਼ ਪੀ ਜਾਂਦਾ, ਇੱਕ ਜਿਵੇਂ ਆਹ ਨਾਲੇ ਦਾ ਪਾਣੀ ਗੰਦਾ ਆ ਗਿਆ, ਇਹ ਤਾਂ ਬਿਮਾਰੀ ਲੱਗਣ ਦਾ ਵੀ ਖਤਰਾ ਹੈ, ਕੀ ਕਹਿਣਾ ਚਾਹੁੰਦੇ ਹੋ? ਲੱਗਣ ਦਾ ਖਤਰਾ ਹੀ ਆ ਜੀ। ਹਾਂਜੀ ਤੇ ਸ਼ਬਦ ਸੁਣਾਉਂਦੀ ਵੀ ਪੈਰਾਂ ਦੇ ਉੱਤੋਂ ਦੀ ਲੰਘਦੀ ਆ, ਹੱਥਾਂ ਪੈਰਾਂ ਦੇ ਉੱਤੋਂ ਜੀਵ ਜੰਤੂ ਹੋਣਗੇ ਵਿੱਚ ਇਹਦੇ ਤੇ? ਹਾਂਜੀ ਹੈਗੇ ਨੇ। ਤੇ ਆਹ ਦੇਖੋ ਜੀ ਗੰਦਾ ਪਾਣੀ ਵੀ ਉੱਪਰ ਪੈ ਜਾਂਦਾ, ਮੂੰਹ 'ਚ ਵੀ ਪੈ ਜਾਂਦਾ, ਸਾਰੇ ਤਰ੍ਹਾਂ ਦੀ ਪੈ ਜਾਂਦਾ ਮੂੰਹ ਤੇ, ਲੱਤਾਂ ਪੈਰਾਂ ਤੇ। ਹਾਂਜੀ ਆਹ ਚਮੜੀ ਦਾ ਰੋਗ ਵੀ ਹੋ ਸਕਦਾ ਸਾਡੇ? ਹਾਂ ਹੋ ਸਕਦਾ ਹੈ। ਤੇ ਫਿਰ ਮੈਡੀਕਲ ਦਾ ਵੀ ਸਾਨੂੰ ਸਹੂਲਤ ਕੋਈ, ਮਤਲਬ ਕਿ ਤੁਸੀਂ ਐਂ ਕਹਿਣਾ ਵੀ ਕੋਈ ਇਹੋ ਜਿਹਾ ਮੈਡੀਕਲ ਬੀਮਾ ਸਹੂਲਤ ਹਰੇਕ ਮਜ਼ਦੂਰ ਦਾ ਹਨਾ, ਵੀ ਮੰਨ ਕੇ ਚੱਲੋ ਕੋਈ ਇਲਾਜ ਆ ਫ੍ਰੀ ਹੋਵੇ, ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲੱਗੇ ਪਿੱਛੇ ਕੌਣ ਪੁੱਛੂਗਾ? ਸਾਡਾ ਪੁੱਛਣ ਵਾਲਾ ਇੱਥੇ ਕੌਣ ਹੈ ਜੀ? ਕਹਿੰਦੇ ਨੇ ਸਾਨੂੰ ਆਪ ਜ਼ਿੰਮੇਦਾਰ ਹੋ, ਅਸੀਂ ਆਪ ਜ਼ਿੰਮੇਦਾਰ ਕਿਵੇਂ ਹੋਵਾਂਗੇ? ਹਾਂ ਆਪ ਜ਼ਿੰਮੇਵਾਰ ਨਹੀਂ ਹੈਗੇ, ਨਹੀਂ ਹੈਗੇ। ਤੇ ਸਾਨੂੰ ਤਾਂ ਬਸ ਹੁਣ ਸਰਕਾਰ ਵੱਲੋਂ ਇਹੀ, ਸਾਨੂੰ ਤਾਂ ਬਸ ਸਰਕਾਰ ਤੇ ਛੱਡ ਰੱਖਿਆ ਵੀ ਸਾਨੂੰ ਇਹ ਸਹੂਲਤ ਜ਼ਰੂਰ ਮਿਲੇ। ਤੇ ਭੈਣ ਨਾਲ ਗੱਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਕੀ ਨਾਮ ਆ ਬਾਈ? ਮੇਰਾ ਨਾਮ ਗੁਰਮੀਤ ਕੌਰ ਆ। ਤੇ ਪਹਿਲਾਂ ਹਾਜ਼ਰੀ ਆਨਲਾਈਨ ਲੱਗਦੀ ਹੁੰਦੀ ਸੀ, ਪਤਾ ਹੁੰਦਾ ਸੀ ਮਤਲਬ ਜਿੱਥੇ ਹੁੰਦੇ ਸੀ? ਹਾਂ ਵੀਰੇ ਆਨਲਾਈਨ ਲੱਗਦੀ ਸੀ, ਆ ਹੁਣ ਐਂ ਕਰਤਾ ਵੀ ਸਾਨੂੰ ਜਾਣਾ ਮੁਸ਼ਕਲ ਆ ਉੱਥੇ ਵੀ। ਹਾਂ ਵੀ ਏਡੇ ਦੂਰ ਜਾਣਾ ਨਾ। ਹਾਂ ਨਹੀਂ ਐਂ ਵੀ ਹੋ ਜਾਂਦਾ ਹੁੰਦਾ ਕਿਸੇ ਦੂਜੇ ਪਿੰਡ ਕੰਮ ਕਰਦੇ ਹੋ, ਦੂਜੇ ਪਿੰਡ ਹਾਜ਼ਰੀ ਲਾਉਣੀ ਪੈਂਦੀ ਹੈ। ਹਾਂ ਬਾਈ ਸਾਡੀ ਹਾਜ਼ਰੀ ਉੱਥੇ ਲੱਗਣੀ ਚਾਹੀਦੀ ਜਿੱਥੇ ਸਾਡਾ ਉਹ, ਫਿਰ ਜਿਹੜਾ ਸਾਧਨ ਦਾ ਖਰਚਾ ਹੁੰਦਾ ਉਹ ਬਾਈ ਅਸੀਂ ਆਪ ਵੱਲੋਂ ਲਾਉਂਦੇ ਹਾਂ, ਆਪਦੀ ਦਿਹਾੜੀ। ਹਾਂ ਆਪਦੀ ਦਿਹਾੜੀ ਆਪ ਵੱਲੋਂ, ਸਾਨੂੰ ਤਾਂ ਕੁਛ ਬਚਦੀ ਨਹੀਂ ਰਹਿੰਦੀ ਹੋਈ ਇਸ ਤੋਂ ਬਾਅਦ। ਕਿੰਨਾ ਕੁ ਸਮਾਂ ਹੋ ਗਿਆ ਇਹ ਹੁੰਦੇ ਨੂੰ ਕੰਮ ਨੂੰ? ਹੋ ਗਿਆ ਬਾਈ ਸਾਨੂੰ ਇਹ ਸਾਲ ਭਰ ਹੋ ਗਿਆ। ਤੇ ਚਲੋ ਵੀ ਸਰਕਾਰ ਨੂੰ ਨਾਲੇ ਬਾਈ ਸਾਡੀ ਇੱਕ ਹੱਥ ਵੰਡ ਕੇ ਬੇਨਤੀ ਆ ਵੀ ਸਾਡੀ ਜਿਹੜੀ ਆਹਗੀ ਦਿਹਾੜੀ ਆ 700 ਰੁਪਏ ਹੋਣੀ ਚਾਹੀਦੀ ਆ, ਤੇ 300 ਦਿਨ ਦਾ ਸਾਨੂੰ ਰੁਜ਼ਗਾਰ ਚਾਹੀਦਾ ਗਾ। ਨਹੀਂ ਵਾਅਦੇ ਤਾਂ ਸਰਕਾਰ ਬਾਹਲੇ ਵੱਡੇ ਕਰੀ ਜਾਂਦੀ ਹੈ ਨਾ ਬਾਈ, ਵਾਅਦੇ ਹੀ ਨੇ ਪੱਲੇ, ਸਾਡੇ ਪੱਲੇ ਕੁਛ ਨਹੀਂ ਹੈਗਾ, ਸਾਨੂੰ ਵਾਅਦੇ ਕਰਕੇ ਫਿਰ ਮੁੜ ਕੇ ਕੋਈ ਆਉਂਦਾ ਸਾਡੇ ਕੋਲ। ਵੋਟਾਂ ਬਾਰੇ ਕੀ ਮਾਤਾ ਜੀ ਉਹ ਤੁਹਾਡਾ ਖਿਆਲ ਆ ਸਾਰਿਆਂ ਦਾ ਵੋਟਾਂ ਬਾਰੇ ਪਾਉਣ ਬਾਰੇ, ਜੇ ਹੁਣ ਸਰਕਾਰਾਂ ਆਉਂਦੇ ਨੇ ਕਿਹੜੀ ਪਾਰਟੀ ਨੂੰ ਕਰਦੇ ਸਪੋਰਟ? ਅਸੀਂ ਤਾਂ ਉਹ ਕਿਸੇ ਪਾਰਟੀ ਨੂੰ ਕਰਦੇ ਹੈਗੇ, ਕਿਸੇ ਦੇ ਐਂ ਨਹੀਂ ਕੱਟਣ ਕਿਸੇ ਵੀ। ਹਾਂ ਹੋਰ
ਗੱਲ ਸੁਣੋ ਮੇਰੀ, ਪਹਿਲਾਂ ਅਸੀਂ ਹੁਣ ਵੋਟਾਂ ਪਾਈ ਜਾਂਦੇ ਹਾਂ, ਸਾਡੇ ਕੋਲੇ ਕੋਈ ਨੀ ਆਉਂਦਾ ਹੈਗਾ, ਕੋਈ ਨੀ ਸੁਣਦਾ ਸਾਡੀ ਗੱਲ, ਪੰਜ ਚਾਰ ਮੰਗਾਂ ਨੇ ਕਿਸੇ ਨੇ ਨੀ ਸੁਣੀ, ਹਾਂ ਕਿਸੇ ਨੇ ਨੀ ਸੁਣੀ, ਅਸੀਂ ਬਹੁਤ ਮੰਗਾਂ ਮੰਗ ਬਹਿ ਗਏ, ਧਰਨੇ ਵੀ ਲਾ ਲਾ ਹੰਭ ਗਏ ਅਸੀਂ, ਸਾਡੇ ਕੋਲੇ ਕੋਈ ਨੀ ਆਉਂਦਾ, ਵੋਟਾਂ ਪਵਾ ਲੈਂਦੇ ਨੇ, ਮੰਗ ਲਓ ਸਾਡੀ ਯਾਦ ਨਹੀਂ, ਪਿੰਡ ਚ ਲੀਡਰ ਮੁੜੀ ਜਾਂਦੇ ਨੇ, ਹਾਂ ਹਰੇਕ ਹੀ ਲੀਡਰ ਆ ਜਾਂਦਾ ਗਾ, ਹੈਂ ਕਹਿੰਦਾ ਵੋਟਾਂ ਪਾ ਦਿਓ ਵੋਟਾਂ ਪਾ ਦਿਓ, ਸਾਨੂੰ ਕੋਈ ਨੀ ਮੁੜ ਕੇ ਆ ਕੇ ਦੱਸਦਾ ਹੈਗਾ ਵੀ ਆਹ ਤੁਹਾਡੀ ਮੰਗ ਧਰੀ ਹੋਈ ਤੀ, ਵੀ ਤੁਸੀਂ ਤੁਹਾਡੀ ਮੰਗ ਪੂਰੀ ਕਰਦੇ, ਆਹੀ ਆ ਵੀ ਹੱਥ ਬੰਨ ਕੇ ਬੇਨਤੀ ਆ ਵੀ ਸਾਡੀ ਜ਼ਰੂਰ ਮੰਗ ਪੂਰੀ ਕਰਿਆ ਕਰਨੀ, ਇੱਕ ਤਾਂ ਹਾਜ਼ਰੀ ਵਾਲਾ ਕੰਮ ਹੋ ਜਾਏ, ਸਿਹਤ ਸਹੂਲਤਾਂ ਦਾ ਇੱਕ ਥੋੜਾ ਜਿਹਾ ਦਿਹਾੜੀ ਚ ਵਾਧਾ ਹੋ ਜਾਏ, ਹਾਂ ਫਿਰ ਕੋਈ ਮਰਜ਼ੀ ਪਾਰਟੀ ਜਿਹੜੀ ਕੰਮ ਕਰੂ ਅਸੀਂ ਉਹਨੂੰ ਵੋਟ ਪਾਵਾਂਗੇ ਜਿਹੜੇ ਸਾਡੀਆਂ ਮੰਗਾਂ ਪੂਰੀਆਂ ਕਰੂ, ਠੀਕ ਹੈ, ਹਾਂ ਵੋਟਾਂ ਤੋਂ ਪਹਿਲਾਂ ਹੋਣੀ ਚਾਹੀਦੀ ਹੈ, ਵੋਟਾਂ ਤੋਂ ਪਹਿਲਾਂ ਹੋਣੀ ਚਾਹੀਦੀ ਹੈ, ਬਾਅਦ ਚ ਲਾਰਾ ਮੰਨਿਆ ਜਾਂਦਾ, ਹਾਂ ਲਾਰਾ ਮੰਨਿਆ ਜਾਂਦਾ, ਲਈ ਵੀਡੀਓ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਾ ਦਿਓ, ਅੱਜ ਹੀ ਵੀਡੀਓ ਪਾ ਰਹੇ ਹਾਂ ਇਹ, ਅਤੇ ਫਿਰ ਦੇਖਦੇ ਹਾਂ ਆਪਾਂ ਵੀ ਕੌਣ ਕੀ ਐਕਸ਼ਨ ਲੈਂਦਾ, ਧੰਨਵਾਦ ਮਾਤਾ ਸਾਰਿਆਂ ਦਾ ਜੀ।